ਅੱਜ ਦੀ ਵਾਂਟ ਟੋਡਰਮਲ ਦੀ ਜਿਹੜੀ ਜਹਾਜ਼ ਹਵੇਲੀ ਤੇ ਖੜੇ ਆ ਇਸ ਹਵੇਲੀ ਦੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਇਸ ਹਵੇਲੀ ਦਾ ਜੋ ਇਤਿਹਾਸ ਆ ਇਸ ਹਵੇਲੀ ਦੇ ਬਾਰੇ ਇੱਕ ਇੱਕ ਚੀਜ਼ ਤੁਹਾਨੂੰ ਜਾਣੂ ਕਰਵਾਵਾਂਗੇ ਕਿ ਦੀਵਾਨ ਟੋਡਰਮਲ ਉਹ ਆ ਜਿਸ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਜਗ੍ਹਾ ਖਰੀਦੀ ਸੀ ਜਿਹੜੇ ਸੋਨੇ ਦੀਆਂ ਮੋਹਰਾਂ ਸੀ ਉਹ ਵਿਸਾਕੇ ਸਾਹਿਬ ਜਾਦਿਆਂ ਦਾ ਸੰਸਕਾਰ ਕੀਤਾ ਸੀ ਤੁਸੀਂ ਦੇਖ ਸਕਦੇ ਹੋ ਕੱਲੀ ਕੱਲੀ ਜਿਹੜੀ ਪੋਸਟਰ ਲੱਗੇ ਨੇ ਜਿੱਥੇ-ਜਿੱਥੇ ਵੀ ਇਹ ਦੀਵਾਨ ਟਾਡਰਮਲ ਦੀ ਜਿਹੜੀ ਹਵੇਲੀ ਦਾ ਨਿਰਮਾਣ ਕੀਤਾ ਜਾ ਰਿਹਾ ਦੁਬਾਰਾ ਇਸ ਦਾ ਕਾਰਜ ਸ਼ੁਰੂ ਕੀਤਾ ਹੈ ਹਵੇਲੀ ਤੁਸੀਂ ਦੇਖ ਰਹੇ ਹੋ ਹਵੇਲੀ ਦੇ ਕੱਲੀ ਕੱਲੀ ਚੀਜ਼ ਜਿਸ ਤਰ੍ਹਾਂ ਉਸਨੇ ਬਣਾਈ ਹਨ ਦੇਖ ਸਕਦੇ ਹੋ ਅੱਜ ਦੁਬਾਰਾ ਨਿਰਮਾਣ ਹੋ ਰਿਹਾ ਖੰਡਰ ਹੋਈ ਪਈ ਆ ਕਾਰੋਬਾਰ ਉਹਦਾ ਸਿਗਾ ਉਹ ਜਹਾਜਾਂ ਦਾ ਸੀ ਇਸ ਲਈ ਇਸ ਹਵੇਲੀ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਹੈ ਹਵੇਲੀ ਦੇ ਅੰਦਰ ਤੁਹਾਨੂੰ ਦੱਸਦੇ ਤਰੇੜਾਂ ਆਈਆਂ ਪਈਆਂ ਸੀਗੀਆਂ ਜੇ ਇਸ ਦੀ ਸਾਮ ਸੰਭਾਲ ਨਾ ਕੀਤੀ ਜਾਂਦੀ ਤਾਂ ਖੁਦ ਅਦਾਵਾਸ ਦਾ ਦੇ ਨਾ ਹੁੰਦਾ ਤਾਂ ਕੁਝ ਨਾ ਕੁਝ ਟਹਿ ਜਾਣਾ ਸੀ ਕੱਲੀ ਕੱਲੀ ਰੋਕ ਦੇਖ ਸਕਦੇ ਹੋ ਤੁਸੀਂ ਬਰੀਕਲੀ ਤੌਰ ਤੇ ਕੱਲ ਕੱਲੇ ਪੇਜ कसे ਹੋਏ ਨੇ ਕੱਲੀ-ਕੱਲੀ ਹਨਾ ਇਹ ਇਮਾਰਤ ਜਿੱਥੇ-ਜਿੱਥੇ ਤੇੜ ਆਈ ਹੋਈ ਆ ਉਹ ਚੀਜ਼ ਨੂੰ ਰੋਕ ਕੇ ਰੱਖਿਆ ਗਿਆ। ਕੀ ਤੁਸੀਂ ਦੇਖ ਸਕਦੇ ਹੋ ਕਿ ਹਵੇਲੀ ਦੇ ਅੰਦਰ ਪਾਣੀ ਆ ਪਾਣੀ ਦਾ ਜਰੂਰ ਉਹ ਚੀਜ਼ ਆ ਵੀ ਕਿਸ ਤਰ੍ਹਾਂ ਠੰਡੀ ਰੱਖਣੀ ਆ ਕਿਵੇਂ ਨਹੀਂ ਥੱਲੇ ਵੀ ਮੈਂ ਪੁੱਛਿਆ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਕਿ ਪਾਣੀ ਦਾ ਪ੍ਰਬੰਧ ਹੁੰਦਾ ਸੀ ਥੱਲੇ ਪਾਣੀ ਤਰਦਾਂਦਾ ਸੀ ਸਰਦੀਆਂ ਕਿ ਠੰਡਾਂ ਦੇ ਵਿੱਚ ਕਿਦਾਂ ਇਹਨੂੰ ਕਮਰਿਆਂ ਨੂੰ ਗਰਮ ਰੱਖਣਾ ਕਿਵੇਂ ਕਮਰਿਆਂ ਨੂੰ ਠੰਡਾ ਰੱਖਣਾ ਤੇ ਇਹ ਰਸੋਈ ਦਾ ਕਮਰਾ ਤੇ ਇੱਥੇ ਜਲਪਾਨ ਤਿਆਰ ਹੁੰਦਾ ਸੀ ਪ੍ਰਸ਼ਾਦਾ ਤਿਆਰ ਹੁੰਦਾ ਸੀ ਤੇ ਨਾਲ ਹੀ ਉਹ ਲਾਈਨਾਂ ਜਿੱਥੇ ਤੇ ਖਾਨੇ ਰੱਖੇ ਨੇ ਵੀ ਪਈਏ ਇੱਥੇ ਇਹ ਚੀਜ਼ਾਂ ਪਈਆਂ ਹੁੰਦੀਆਂ ਸੀ ਉਹ ਪਈਆਂ ਸੀ ਆਹ ਦੇਖੋ ਸੱਤ ਵਿੱਚ ਬਣੀ ਧੂਆ ਕੱਢਣ ਵਾਲੀ ਚਿਮਣੀ ਉਸ ਵਕਤ ਚਿਮਣੀ ਬਣੀ ਹੋਈ ਚੁੱਲਾ ਬਾਹਰ ਜਾਣ ਦਾ ਰਸਤਾ ਵੀ ਇੱਧਰ ਹੈ ਤੇ ਉਧਰ ਪਾਣੀ ਦਾ ਹੋਜ਼ ਵਾਟਰ ਹਾਊਸ ਹਰ ਇੱਕ ਜਗ੍ਹਾ ਤੋਂ ਕਿਸ ਤਰ੍ਹਾਂ ਇਸ ਦਾ ਦੁਬਾਰਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਪਹਿਲਾਂ ਇੱਥੇ ਰੋਕ ਲੱਗ ਚੁੱਕੀ ਸੀ ਕਿ ਇਸ ਦਾ ਨਿਰਮਾਣ ਨਹੀਂ ਕਰਨਾ ਪ੍ਰਾਤਨ ਵਿਭਾਗ ਨੇ ਰੋਕ ਲਾ ਦਿੱਤੀ ਸੀ ਪਰ ਅੱਜ ਇਸ ਦਾ ਨਿਰਮਾਣ ਹੋ ਰਿਹਾ ਵਿਦੇਸਾਂ ਦੀ ਸੰਗਤਾਂ ਇਸ ਦਾ ਦੁਆਰਾ ਨਿਰਮਾਣ ਕਰ ਰਹੀ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਉਸ ਇਤਿਹਾਸ ਦੇ ਪੰਨੇ ਫੁੱਲਾਂਗੇ ਜੋ ਇਤਿਹਾਸ ਨੂੰ ਸਦੀਆਂ ਲੰਘ ਗਈਆਂ ਪਰ ਹਰ ਕੋਈ ਉਸ ਇਤਿਹਾਸ ਤੋਂ ਜਾਣੂ ਹੈ ਅੱਜ ਕੱਲ ਕਰਾਂਗੇ ਦੀਵਾਨ ਟੋਡਰਮਲ ਦੀ ਅੱਜ ਦੀਵਾਨ ਟੋਡਰਮਲ ਦੀ ਜਿਹੜੀ ਜਹਾਜ਼ ਹਵੇਲੀ ਤੇ ਖੜੇ ਆ ਇਸ ਹਵੇਲੀ ਦੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਇਸ ਹਵੇਲੀ ਦਾ ਜੋ ਇਤਿਹਾਸ ਆ ਇਸ ਹਵੇਲੀ ਦੇ ਬਾਰੇ ਇੱਕ ਇੱਕ ਚੀਜ਼ ਤੁਹਾਨੂੰ ਜਾਣੂ ਕਰਵਾਵਾਂਗੇ ਪਹਿਲਾਂ ਇਸ ਹਵੇਲੀ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਦੀਵਾਨ ਟੋਡਰਮਲ ਉਹ ਆ ਜਿਸ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਜਗ੍ਹਾ ਖਰੀਦੀ ਸੀ ਜਿਹੜੇ ਸੋਨੇ ਦੀਆਂ ਮੋਹਰਾਂ ਸੀ ਉਹ ਵਿਸਾਕੇ ਸਾਹਿਬ ਜਾਦਿਆਂ ਦਾ ਸੰਸਕਾਰ ਕੀਤਾ ਸੀ ਅੱਜ ਉਸ ਦੀਵਾਨ ਟੋਡਰਮਲ ਦੀ ਹਵੇਲੀ ਦੇ ਦਰਸ਼ਨ ਕਰਾਵਾਂਗੇ ਅਤੇ ਹਰ ਉਸ ਪਹਿਲੂ ਤੋਂ ਜਾਣੂ ਕਰਵਾਵਾਂਗੇ ਜੋ ਅੱਜ ਇਸ ਹਵੇਲੀ ਦਾ ਕਾਰਜ ਚੱਲ ਰਿਹਾ ਆ ਕੌਣ ਇਸ ਹਵੇਲੀ ਦੀ ਦੁਆਰਾ ਨਿਰਮਾਣ ਕਰਵਾ ਰਿਹਾ ਉਹ ਵੀ ਜਾਣੂ ਕਰਵਾਵਾਂਗੇ ਅੱਜ ਦਰਸ਼ਨ ਕਰਦੇ ਹਾਂ ਇਸ ਹਵੇਲੀ ਦੇ ਹਵੇਲੀ ਦੇ ਕੋਲ ਖੜੇ ਹਾਂ ਅਸੀਂ ਜੋ ਦੀਵਾਨ ਟੋਡਰਮਲ ਦੀ ਹਵੇਲੀ ਸੀ ਜਹਾਜ਼ ਹਵੇਲੀ ਕਿਹਾ ਜਾਂਦਾ ਤੁਸੀਂ ਦੇਖ ਸਕਦੇ ਹੋ ਕੱਲੀ ਕੱਲੀ ਜਿਹੜੀ ਪੋਸਟਰ ਲੱਗੇ ਨੇ ਜਿੱਥੇ-ਜਿੱਥੇ ਵੀ ਇਹ ਦੀਵਾਨ ਟੋਡਰਮਲ ਦੀ ਜਿਹੜੀ ਹਵੇਲੀ ਦਾ ਨਿਰਮਾਣ ਕੀਤਾ ਜਾ ਰਿਹਾ ਦੁਆਰਾ ਇਸ ਦਾ ਕਾਰਜ ਸ਼ੁਰੂ ਕੀਤਾ ਹੈ ਅਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਹਵੇਲੀ ਦਾ ਕਾਰਜ ਕੀਤਾ ਗਿਆ ਟੋਡਰਮਲ ਕੌਣ ਸੀ ਇਸ ਬਾਰੇ ਤੁਹਾਨੂੰ ਜਾਣੂ ਕਰਵਾਉਣੀ ਆ ਮੁਗਲਿਆ ਤਵਾਰਿਖ ਵਿੱਚ ਦੋ ਟੋਡਰਮਲ ਹੋਏ ਹਨ ਇੱਕ ਟੋਡਰਮਲ ਬਾਦਸ਼ਾਹ ਅਕਬਰ ਦਾ ਕਾਬਲ ਵਜ਼ੀਰ ਸੀ ਜਿਸ ਦੀ ਮੌਤ 8 ਨਵੰਬਰ 1590 ਦੇ ਦਿਨ ਹੋਈ ਸੀ ਪਰ ਦੂਜਾ ਜਿਹੜਾ ਇੱਕ ਸਰਹੰਦ ਦਾ ਟੋਡਰਮਲ ਸੀ ਜੋ ਬਾਦਸ਼ਾਹ ਸਾਜਹਾਂ ਦੇ ਜਮਾਤ ਹੋਇਆ ਸੀ ਸੇਠ ਪੰਜਾਬ ਦੇ ਸਰਹੰਦ ਨਗਰ ਦਾ ਨਿਮਿਤਿਕ ਮੰਨਿਆ ਪਰ ਮੰਨਿਆ ਸਾਹੂਕਾਰ ਸੀ ਜਿੱਥੇ ਤੁਸੀਂ ਹਵੇਲੀ ਦੇਖ ਰਹੇ ਹੋ ਹਵੇਲੀ ਤੁਸੀਂ ਦੇਖ ਰਹੇ ਹੋ ਹਵੇਲੀ ਦੇ ਇਕੱਲੀ ਇਕੱਲੀ ਚੀਜ਼ ਹਾਂ ਜਿਸ ਤਰ੍ਹਾਂ ਉਸਨੇ ਬਣਾਈ ਹਨ ਆ ਦੇਖ ਸਕਦੇ ਹੋ ਅੱਜ ਦੁਬਾਰਾ ਨਿਰਮਾਣ ਹੋ ਰਿਹਾ ਖੰਡਰ ਹੋਈ ਪਈ ਆ ਉਸ ਟੁੱਟਰ ਮਲ ਦੀ ਅਸੀਂ ਗੱਲ ਕਰ ਰਹੇ ਹਾਂ ਤੁਹਾਨੂੰ ਦੱਸਦੇ ਉਸ ਕੋਲ 100 ਘੋੜੇ 200 ਫੌਜ ਦੇ ਸੈਨਿਕ ਅਤੇ ਜੋ 1800 ਦੇ ਕਰੀਬ ਉਸ ਦੇ ਕੋਲ ਜਿਹੜੇ ਸੇਵਾਦਾਰ ਦੱਸੇ ਜਾ ਰਹੇ ਨੇ ਇਸ ਸਾਲ ਉਸ ਨੂੰ ਰਾਜ ਦਾ ਖਿਤਾਬ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਮੁਗਲੀਅਤ ਤਵਾਰਿਖ ਵਿੱਚ ਸਿਰਫ ਕੁਝ ਹੀ ਗੈਰ ਮੁਸਲਮਾਨਾਂ ਨੂੰ ਹੀ ਇਹ ਖਿਤਾਬ ਦਿੱਤਾ ਗਿਆ ਸੀ ਆ ਇਸ ਬਾਰੇ ਤਾਂ ਇਹ ਵੀ ਦੱਸਿਆ ਜਾ ਰਿਹਾ ਇਤਿਹਾਸਕਰਾਂ ਦਾ ਕਹਿਣਾ ਹੈ ਕਿ ਦੀਵਾਨ ਟੋਡਰਮਰ ਉਸ ਵਕਤ ਦਾ ਸਾਹੂਕਾਰ ਸੀ ਔਰ ਜਿਹੜੀ ਇਹ ਹਵੇਲੀ ਆ ਔਰ ਇਹ ਉਸ ਤਰ੍ਹਾਂ ਹੀ ਬਣਾਈ ਸੀ ਕਿਉਂਕਿ ਉਹਦਾ ਕਾਰੋਬਾਰ ਸੀ ਜਿਹੜਾ ਕਾਰੋਬਾਰ ਉਹਦਾ ਸੀਗਾ ਉਹ ਜਹਾਜ਼ਾਂ ਦਾ ਸੀ ਇਸ ਲਈ ਇਸ ਹਵੇਲੀ ਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਹੈ 13 ਦਸੰਬਰ 1755 ਨੂੰ ਇਸ ਦਾ ਇਤਿਹਾਸ ਇਹ ਵੀ ਇੱਕ ਸਾਹਮਣੇ ਆਉਂਦਾ ਹੈ ਕਿ ਮਾਤਾ ਗੁਜਰਤ ਦੇ ਦੋਹਾਂ ਨਿੱਕੇ-ਨਿੱਕੇ ਸਹਬਜ਼ਾਦਿਆਂ ਦਾ ਸੰਸਕਾਰ ਸਰੰਦ ਕਿਲੇ ਦੇ ਪਛਲੇ ਪਾਸੇ ਅਤੇ ਆਮ ਖਾਸ ਵਾਗ ਤੋਂ ਪਹਿਲਾਂ ਜਿੱਥੇ ਹੁਣ ਗੁਰਦੁਆਰਾ ਜੋਤੀਸਰੂਪ ਸਾਹਿਬ ਆ ਉੱਥੇ ਸੰਸਕਾਰ ਕੀਤਾ ਗਿਆ ਸੀ ਔਰ ਇਹ ਤੁਹਾਨੂੰ ਦੱਸਦੀ ਕਿ ਇਹ ਸੰਸਕਾਰ ਸਰੰਦ ਵਿੱਚ ਰਹਿ ਰਹੇ ਸਾਬਕਾ ਦੀਵਾਨ ਟੋਡਰਮਲ ਦੇ ਪਰਿਵਾਰ ਨੇ ਕੀਤਾ ਸੀ ਦੀਵਾਨ ਇਹ ਆਮ ਪ੍ਰਚਾਰ ਕੀਤਾ ਜਾਂਦਾ ਕਿ ਇਹ ਸੰਸਕਾਰ ਦੀਵਾਨ ਟੋਡਰਮਲ ਨੇ ਕੀਤਾ ਸੀ ਅਤੇ ਸੰਸਕਾਰ ਵੇਲੇ ਉਸਨੇ ਸੋਨੇ ਦੀਆਂ ਜਿਹੜੀਆਂ ਮੋਹਰਾਂ ਖੜੀਆਂ ਕਰਕੇ ਉਹ ਜਗ੍ਹਾ ਖਰੀਦੀ ਸੀ ਦੀਵਾਨ ਟੋਡਰਮਲ 1665 ਸਿਹਾਰਤ ਵਿੱਚ ਇਸ ਘਟਨਾ ਤੋਂ 40 ਸਾਲ ਪਹਿਲਾਂ ਮਰ ਚੁੱਕਿਆ ਸੀ ਸੋ ਇਸ ਸੰਸਕਾਰ ਉਸਦੇ ਪੁੱਤਰ ਜਾਂ ਪੋਤੇ ਨੇ ਕੀਤਾ ਹੋਵੇਗਾ ਇਹ ਇਤਿਹਾਸ ਕਰ ਕਹਿਣਾ ਹੈ ਪਰ ਫਿਲਹਾਲ ਦੰਦ ਦਸਤ ਹੈ ਕਿ ਜਿਹੜੀ ਇਹ ਜਗਾ ਖਰੀਦੀ ਸੀ ਦਿਵਾਨ ਟੋਡਰ ਨੇ ਇਹ ਇਤਿਹਾਸ ਕਰ ਕਹਿੰਦੇ ਨੇ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਇਹ ਜਗਾ ਤੇ ਦੇਖੀਏ ਹੋਰ ਇਹ ਹਵੇਲੀ ਦੇ ਖੰਡਰ ਹੋ ਚੁੱਕੇ ਪਰ ਇਸਤਾਨ ਆਨ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤਹਿਖਾਨਾ ਘੋੜਿਆਂ ਦਾ ਉਹ ਵੀ ਉਸੇ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਹਣਾ ਇੱਕ ਵਾਰ ਜ਼ਰੂਰ ਪਿੱਛੇ ਜਿਹੜੀ ਤਸਵੀਰ ਆ ਆ ਜਿਹੜੀ ਦਿਖਾਈ ਜਾ ਰਹੀ ਹੈ ਤਖਾਨਾ ਘੋੜਿਆਂ ਦਾ ਔਰ ਦੂਜੇ ਪਾਸੇ ਚੁੱਲਾ ਆ ਜਾਂ ਚੁੰਨੇ ਦੀਆਂ ਇੱਟਾਂ ਦਾ ਬਣਿਆ ਜਿਹੜਾ ਪ੍ਰਾਤਨ ਫਰਸ ਉਹ ਕਿਸ ਤਰ੍ਹਾਂ ਹਨ ਕਾਰਾਗਰੀ ਕੀਤੀ ਗਈ ਸੀ ਤੇ ਕਿਸ ਤਰ੍ਹਾਂ ਦੀ ਉਹ ਜਿਹੜੀ ਮੀਨਾ ਕਾਰੀ ਕੀਤੀ ਗਈ ਸੀ ਪਰ ਇੱਥੇ ਵੀ ਸਵਾਲ ਖੜਾ ਹੁੰਦਾ ਹੈ ਕਿ ਉਸ ਵਕਤ ਦਾ ਸਭ ਤੋਂ ਅਮੀਰ ਜਿਹੜਾ ਦੀਵਾਨ ਸੀ ਟੋਡਰਮਲ ਪਰ ਸਿੱਖ ਜਗਤ ਹਮੇਸ਼ਾ ਹੀ ਯਾਦ ਕਰਦਾ ਅਤੇ ਅੱਜ ਜਿਹੜਾ ਇਹ ਫਤੇਗੜ ਸਾਹਿਬੀ ਕੇ ਸਥਿਤ ਜਾਗਤ ਦੇ ਮਹਾਨ ਧਰੋਵਰ ਦੀਵਾਨ ਟੁੱਟਰਮਲ ਦੀ ਹਵੇਲੀ ਜੋ ਖੰਡਰ ਬਣਦੀ ਜਾ ਰਹੀ ਸੀ ਕਿ ਜੋ ਕੁਦਰਤੀ ਆਫਤਾਂ ਹੁੰਦੀਆਂ ਨੇ ਹਨਾ ਕੁਦਰਤੀ ਆਫਤਾਂ ਤੋਂ ਕਈ ਤਰ੍ਹਾਂ ਦਾ ਜਿਹੜਾ ਇਹ ਨੁਕਸਾਨ ਹੁੰਦਾ ਭਾਰੀ ਜਿਹੜੀ ਹਨਾ ਦਿੱਕਤ ਵੀ ਆਉਂਦੀ ਹੈ ਕਿਸੇ ਪੁਰਾਣੀ ਇਮਾਰਤ ਬਣਾ ਪਰ ਇਹ ਕਿ ਇਹ ਜਿਹੜਾ ਕਾਰ ਜਿਸ ਦੀ ਸਾਮ ਸਮਾਜ ਦਾ ਸ਼੍ਰਮਣੀ ਗੁਰੂ ਕਮੇਟੀ ਹਵੇਲੀ ਦੀ ਸਾਮ ਸਮਾਵਲ ਧਿਆਨ ਦੇ ਰਹੀ ਹੈ ਔਰ ਕਈ ਹੋਰ ਜਿਹੜੀਆਂ ਅਤੇ ਜਿਹੜੀਆਂ ਹੋਰ ਸੰਸਥਾਵਾਂ ਅੱਗੇ ਆਈਆਂ ਨੇ ਬਾਹਰੋਂ ਜਿਹੜੇ ਸਰੋਤੇ ਨੇ ਉਹ ਅੱਗੇ ਆਏ ਨੇ ਸਿੱਖ ਇਤਿਹਾਸ ਨਾਲ ਜਿਹੜੇ ਮੁਹੱਬਤ ਕਰਦੇ ਨੇ ਪਿਆਰ ਕਰਦੇ ਨੇ ਉਹ ਆ ਰਹੇ ਨੇ ਪਰ ਤੁਹਾਨੂੰ ਦੱਸਤੀ ਜਿਹੜੀ ਕੁਦਰਤੀ ਆਫਤਾਂ ਖੁਰ ਰਹੀ ਸੀ ਇਹ ਕੰਧਾਂ ਟਹਿ ਰਹੀਆਂ ਸੀ ਇਸ ਦੀ ਇਮਾਰਤ ਡਿੱਗਦੀ ਜਾ ਰਹੀ ਸੀ ਦੀਵਾਨ ਟੋਡਰਮਲ ਦੀ ਹਵੇਲੀ ਦਾ ਜੋ ਇਹ ਦੁਰਦਸ਼ਾ ਹੋ ਰਹੀ ਸੀ ਦਾ ਸਿੱਖ ਸੰਗਤਾਂ ਦੇ ਦਿਲਾਂ ਦੇ ਵਿੱਚ ਰੋਸ ਕੋਈ ਅਤਾ ਜਿਸ ਤੋਂ ਬਾਅਦ ਹੌਲੀ ਹੌਲੀ ਕਾਰਜ ਇਹ ਵਿਦੇਸ਼ ਦੀ ਹੈ ਜਿਹੜੀ ਸੰਗਤਾਂ ਨੇ ਚੁੱਕਿਆ ਤੇ ਅੱਜ ਇਸ ਦਾ ਦੁਬਾਰਾ ਨਿਰਮਾਣ ਹੋ ਰਿਹਾ ਹੈ 2015 ਦੇ ਵਿੱਚ ਪ੍ਰਾਤਨਿ ਮਾਰਤਨ ਸੰਸਮਲਦੀ ਰਿਪੋਰਟ ਅਨੁਸਾਰ ਦੀਵਾਨ ਟੋਡਰਮਲ ਦੀ ਹਵੇਲੀ ਫਤੇਗੜ ਸਾਹਿਬ ਦੀ ਪ੍ਰਾਤਨ ਦੇਖ ਤਿਆਰ ਕਰਵਾਈ ਜਾ ਰਹੀ ਹੈ ਜਿਸ ਦਾ ਪਹਿਲਾ ਫੇਸ ਮੁਕੰਮਲ ਹੋ ਗਿਆ ਜਿਹੜਾ ਵੀ ਖਰਚ ਕੀਤਾ ਜਾ ਰਿਹਾ ਵਿਦੇਸ਼ ਦੀਆਂ ਸੰਗਤਾਂ ਕਰ ਰਹੀਆਂ ਨੇ ਇਸ ਹਵੇਲੀ ਦਾ ਜਿਹੜਾ ਦੁਬਾਰਾ ਨਿਰਮਾਣ ਕੀਤਾ ਜਾ ਰਿਹਾ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਵੱਲੋਂ ਜੋ ਪੁਰਾਣੇ ਜਿਹੜੇ ਇੱਥੇ ਜੁੜੇ ਹੋਏ ਨੇ ਜਿਹੜੀ ਸੰਗਤ ਜੁੜੀ ਹੋਈ ਆ ਉਹ ਕਰ ਰਹੀ ਆ ਹਵੇਲੀ ਦੇ ਅੰਦਰਲੇ ਦਰਸ਼ਨ ਦਿਖਾਵਾਂਗੇ ਔਰ ਪਰ ਤੁਹਾਨੂੰ ਦੱਸ ਤੀਏ ਫਿਲਹਾਲ ਜਿਹੜਾ ਇਹ ਕੰਮ ਚੱਲ ਰਿਹਾ ਹਵੇਲੀ ਦੇ ਅੰਦਰ ਆ ਚੁੱਕੇ ਆ ਤੁਸੀਂ ਹਵੇਲੀ ਦੇਖ ਸਕਦੇ ਹੋ ਪਰ ਹਵੇਲੀ ਦੇ ਅੰਦਰ ਤੁਹਾਨੂੰ ਦੱਸ ਤੀਏ ਤਰੇੜਾਂ ਆਈਆਂ ਪਈਆਂ ਸੀਗੀਆਂ ਜੇ ਇਸ ਦੀ ਸਾਮ ਸੰਭਾਲ ਨਾ ਕੀਤੀ ਜਾਂਦੀ ਤਾਂ ਖੁਦ ਅਦਾਵਾ ਉਸ ਦਾ ਦੇ ਨਾ ਹੁੰਦਾ ਤਾਂ ਕੁਝ ਨਾ ਕੁਝ ਟਹਿ ਜਾਣਾ ਸੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਪ੍ਰਾਣੀ ਇਮਾਰਤ ਦੇ ਵਿੱਚ ਜਿਹੜੀ ਜਿੱਦਾਂ ਕਿ ਉਚਾਲ ਤੋਂ ਰੋਕथाम ਦੇ ਲਈ ਹਨਾ ਰੋਕਾਂ ਲਾਈਆਂ ਗਈਆਂ ਨੇ ਪੂਰਾ ਬਰੀਕੀ ਦੇ ਨਾਲ ਹੁਣ ਕਾਰਜ ਕੀਤਾ ਜਾ ਰਿਹਾ ਕਾਰਜ ਕਿਉਂ ਕੀਤਾ ਜਾ ਰਿਹਾ ਤੁਸੀਂ ਜਾਣਦੇ ਹੋ ਕਿਉਂ ਇਸ ਹਵੇਲੀ ਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਸੀ ਕਿਉਂਕਿ ਸਹਿਬਜ਼ਾਦਿਆਂ ਦੀ ਉਹ ਜਿਹੜੀ ਸ਼ਹਾਦਤ ਹੋਈ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਦੇਹਾਂ ਨੂੰ ਸਾਂਭ ਸੰਭਾਲ ਕੇ ਰੱਖਣਾ ਪਰਿਵਾਰ ਨੇ ਦੀਵਾਨ ਤੋਂ ਡਰ ਮਾਲਦੇ ਨੇ ਬਹੁਤ ਪਿਆਰ ਸਤਿਕਾਰ ਦੇ ਨਾਲ ਇਸ ਹਵੇਲੀ ਮਾਫ ਕਰਨਾ ਉਹਨਾਂ ਸਹਿਬਜ਼ਾਦਿਆਂ ਦੀਆਂ ਦੇਹਾਂ ਨੂੰ ਸਾਂਭ ਕੇ ਰੱਖਿਆ ਔਰ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਲੈ ਕੇ ਉਹਨਾਂ ਦਾ ਤੇ ਸੰਸਕਾਰ ਕੀਤਾ ਅੰਦਰ ਦੇਖ ਸਕਦੇ ਆ ਪੂਰੀ ਖੰਡਰ ਹੋ ਚੁੱਕੀ ਸੀ ਹਵੇਲੀ ਰੋਕਾਂ ਲਾ ਕੇ ਮੈਂ ਜ਼ਰੂਰ ਕਹਿਣਾ ਆ ਦੇਖੋ ਕੱਲੀ ਕੱਲੀ ਰੋਕ ਦੇਖ ਸਕਦੇ ਤੁਸੀਂ ਬਰੀਕਲੀ ਤੌਰ ਤੇ ਕੱਲ ਕੱਲੇ ਪੇਜ कसे ਹੋਏ ਨੇ ਕੱਲੀ ਕੱਲੀ ਹਨਾ ਇਹ ਇਮਾਰਤ ਜਿੱਥੇ ਜਿੱਥੇ ਤੇੜ ਆਈ ਹੋਈ ਆ ਉਹ ਚੀਜ਼ ਨੂੰ ਰੋਕ ਕੇ ਰੱਖਿਆ ਗਿਆ ਇੱਕ ਖਾਸ ਗੱਲ ਇਹ ਵੀ ਪੜੀ ਆ ਮੈਂ ਉਥੇ ਲਿਖਿਆ ਹੋਇਆ ਸੀ ਕਿ ਇਸ ਹਵੇਲੀ ਦੇ ਵਿੱਚ ਸਰਦੀਆਂ ਦੇ ਲਈ ਮੈਂ ਬਾਰ ਵੀ ਕਹਿੰਨਾ ਪਾਣੀ ਖੜਾ ਹੁੰਦਾ ਸੀ ਜਿੱਦਾਂ ਹਵਾ ਆਉਣ ਦੇ ਲਈ ਉਹ ਟਾਕੀਆਂ ਮੋਰੀਆਂ ਹਨ ਉਸ ਤੋਂ ਬਾਅਦ ਬਾਰ ਵੀ ਕਹਿੰਦੇ ਪਾਣੀ ਦਾ ਪ੍ਰਬੰਧ ਸੀਗਾ ਪਾਣੀ ਕਿਸ ਤਰ੍ਹਾਂ ਰੋਕ ਕੇ ਰੱਖਿਆ ਵੀ ਠੰਡਾ ਰਹੇ ਬਾਰ ਦੇਖ ਸਕਦੇ ਹੋ ਤਲਾਬ ਹੁੰਦਾ ਸੀ ਵੀ ਪਾਣੀ ਪੂਰਾ ਜਿਹੜਾ ਪਾਣੀ ਰਹੇ ਉਹ ਜ਼ਰੂਰ ਦਿਖਾਇਆ ਜਾਵੇ ਕੈਮਰੇ ਤੇ ਕਿ ਜਿੱਥੇ ਪਾਣੀ ਖੜਾ ਹੁੰਦਾ ਸੀ ਕਿ ਜੋ ਇੱਕ ਕਮਰੇ ਨੇ ਠੰਡੇ ਰਹਿਣ ਤੇ ਦੂਜੀ ਗੱਲ ਇੱਥੇ ਜਿਹੜਾ ਵੀ ਨੋਟਿਸ ਲਿਖਿਆ ਗਿਆ ਜਾਂ ਇਹ ਬੇਨਤੀਆਂ ਕੀਤੀਆਂ ਗਿਆ ਨੇ ਕਿ ਮਾਇਆ ਦਾ ਆ کیا ਜਾਵੇ ਉਹ ਜਿਹੜੀ ਆਰਕਟੈਕਚਰ ਨੇ ਉਹਨਾਂ ਨੇ ਦੁਬਾਰਾ ਇਸ ਹਵੇਲੀ ਦਾ ਨਿਰਮਾਣ ਦੇ ਲਈ ਪੂਰਾ ਜਿਹੜਾ ਬਣਾਏ ਹੋਏ ਨੇ ਕਿ ਕਿਸ ਤਰ੍ਹਾਂ ਹੁਣ ਦੁਬਾਰਾ ਇਸ ਦਾ ਨਿਰਮਾਣ ਕੀਤਾ ਜਾਵੇਗਾ ਔਰ ਪੀਐਸ ਸੋਹਲ ਨੇ ਜਿਹੜੇ ਭਾਜੀ ਆਰਕਟੈਕਚਰ ਨੇ ਉਹ ਇਸ ਦੀ ਨਿਰਮਾਣ ਦੁਬਾਰਾ ਜਿਹੜਾ ਕਰਵਾ ਰਹੇ ਨੇ ਇਸ ਨੂੰ ਦੁਬਾਰਾ ਨਵੀਂ ਦਿਖ ਦੇ ਰਹੇ ਨੇ ਔਰ ਤਾਂ ਦੱਸ ਦਈਏ ਕਿ ਇਹ ਜਿਹੜਾ ਕਾਰਜ ਹੈ ਲੱਖਾਂ ਕਰੋੜਾਂ ਦਾ ਹੋਵੇਗਾ ਇਸ ਹਵੇਲੀ ਨੂੰ ਦੁਬਾਰਾ ਬਣਾਉਣਾ ਕਿਸ ਤਰ੍ਹਾਂ ਦਾ ਮਟੀਰੀਅਲ ਵਰਤੇ ਆ ਗਿਆ ਨਿਉਹਾ ਨਿਉਹਾ ਵੀ ਤੁਸੀਂ ਦੇਖ ਸਕਦੇ ਹੋ ਹਨ ਪੂਰੀਆਂ ਸਾਮ ਸੰਭਾਲ ਉਸੇ ਤਰ੍ਹਾਂ ਰੱਖਣੀ ਪੈਣੀ ਆ ਉੱਪਰ ਵੀ ਸੱਤ ਤੇ ਦੇਖ ਸਕਦੇ ਹੋ ਇੱਕ ਇੱਕ ਤੇੜ ਤੇ ਕਿਸ ਤਰ੍ਹਾਂ ਉਹ ਟਾਂਕੇ ਲਾਏ ਨੇ ਉੱਪਰ ਇਹਨਾਂ ਨੇ ਉਂਝ ਵੀ ਤੁਸੀਂ ਦੇਖ ਸਕਦੇ ਹੋ ਕਿ ਹਰ ਜਿਹੜੀ ਹਵੇਲੀ ਦੀ ਕਾਰਨਰ ਤੋਂ ਲੈ ਕੇ ਸੱਤ ਤੋਂ ਲੈ ਕੇ ਸੱਤ ਤੇ ਵੀ ਸਰੀਆਂ ਦੇ ਨਾਲ ਔਰ ਹਰ ਇੱਕ ਜਗਾ ਤੇ ਉਹ ਸਾਮ ਸਮਾਨ ਰੱਖੀ ਹੈ ਕਿ ਦੁਬਾਰਾ ਜਿਹੜੀ ਇਸ ਹਵੇਲੀ ਨੂੰ ਦੁਬਾਰਾ ਕੋਈ ਟਾਹ ਨਾ ਜਾਵੇ ਜਾਂ ਤਰੇੜਾ ਨਾ ਆਉਣ ਸੋ ਮੁਕਮਲ ਇਸ ਨੂੰ ਨਵੀਂ ਦਿਖ ਦਿੱਤੀ ਜਾਵੇਗੀ ਪਰ ਇੱਕ ਇਹ ਵੀ ਵੱਡਾ ਸਵਾਲ ਖੜਾ ਹੁੰਦਾ ਕਿ ਦੀਵਾਨ ਟੋਡਰਮਲ ਦੀ ਹਵੇਲੀ ਜਿਹੜੀ ਦੱਸ ਰਹੀ ਹੈ ਕਿ ਦੀਵਾਨ ਟੋਡਰਮਲ ਉਸ ਵਕਤ ਦੇ ਪੂਰੇ ਜਿਹੜੇ ਅਮੀਰ ਸੀ ਔਰ ਸਾਹੂਕਾਰ ਸੀ ਔਰ ਅੱਗੇ ਹਵੇਲੀ ਦੀ ਜਿਹੜਾ ਅੰਦਰਲਾ ਤਹਿਖਾਨਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਚੱਲਦੇ ਆਂ ਅੰਦਰ ਕਿਸ ਤਰ੍ਹਾਂ ਹਵੇਲੀ ਦਾ ਜਿਹੜਾ ਤਹਿਖਾਨਾ ਰਸੋਈ ਘਰ ਜਾਂ ਹੋਰ ਜਿੱਥੇ ਬੈਠਣਾ ਉੱਠਣ ਦਾ ਕਮਰੇ ਉਹ ਤੁਹਾਡੇ ਨਾਲ ਜ਼ਰੂਰ ਮੈਂ ਸਾਂਝੇ ਕਰਨਾ ਕਿ ਚੱਲਦੇ ਆਪਾਂ ਹਵੇਲੀ ਦੇ ਅੰਦਰ ਜਿੱਥੇ ਉਹ ਜਗ੍ਹਾ ਜਿੱਥੇ ਰੋਟੀ ਪੱਕਦੀ ਸੀ ਖਾਣਾ ਪੱਕਦਾ ਸੀ ਪ੍ਰਸ਼ਾਦਾ ਪੱਕਦਾ ਸੀ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਆਓ ਚੱਲਦੇ ਹਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਦੀਵਾਨ ਟੋਡਰਮਲ ਦੀ ਹਵੇਲੀ ਦੇ ਵਿੱਚ ਇਹ ਸਾਹਮਣੇ ਆ ਰਿਹਾ ਕਿ ਦੀਵਾਨ ਸਾਹਿਬ ਨੇ ਜਿਹੜਾ ਖਰਚ ਜਾਂ ਉਸ ਵਕਤ ਜਿਹੜਾ ਸਾਹੂ ਕੰਦ ਸੀ ਕਿੱਦਾਂ ਆਪਣੇ ਜਿਹੜੇ ਲੰਗਰੀ ਸੀਗੇ ਹਨਾ ਜਿਹੜੇ ਲੰਗਰ ਪਕਾਉਣ ਵਾਲੇ ਸੀਗੇ ਉਹਨਾਂ ਦੇ ਕਮਰੇ ਬਣਾ ਕੇ ਰੱਖੇ ਹੋਏ ਉਹਨਾਂ ਨੂੰ ਦਿੱਤੇ ਹੋਏ ਪਰ ਪਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਨਾ ਕਹਿੰਦੇ ਇਹ ਚੀਜ਼ਾਂ ਠਹਿ ਚੁੱਕੀਆਂ ਨੇ ਪਰ ਸਿੱਖ ਸੰਗਤ ਉਸ ਹੋਂਦੋਂ ਦੁਬਾਰਾ ਨਿਰਮਾਣ ਕਰੇਗੀ ਹੁਣ ਅੰਦਰ ਚੱਲਦੇ ਹਾਂ ਕਿਸ ਤਰ੍ਹਾਂ ਲੰਗਰ ਪੱਕਦਾ ਸੀ ਕਿਸ ਤਰ੍ਹਾਂ ਲੰਗਰ ਬਣਾਇਆ ਜਾਂਦਾ ਸੀ ਪਰ ਇੱਥੇ ਇਹ ਵੀ ਸਾਹਮਣੇ ਆ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਹਵੇਲੀ ਦੇ ਅੰਦਰ ਪਾਣੀ ਪਾਣੀ ਦਾ ਜ਼ਰੂਰ ਉਹ ਚੀਜ਼ ਆ ਵੀ ਕਿਸ ਤਰ੍ਹਾਂ ਠੰਡੀ ਰੱਖਣੀ ਆ ਕਿਵੇਂ ਨਹੀਂ ਥੱਲੇ ਵੀ ਮੈਂ ਪੁੱਛਿਆ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਕਿ ਪਾਣੀ ਦਾ ਪ੍ਰਬੰਧ ਹੁੰਦਾ ਸੀ ਥੱਲੇ ਪਾਣੀ ਤਰਦਾ ਹੁੰਦਾ ਸੀ ਸਰਦੀਆਂ ਕਿ ਠੰਡਾਂ ਦੇ ਵਿੱਚ ਕਿਦਾਂ ਇਹਨੂੰ ਕਮਰਿਆਂ ਨੂੰ ਗਰਮ ਰੱਖਣਾ ਕਿਵੇਂ ਕਮਰਿਆਂ ਨੂੰ ਠੰਡਾ ਰੱਖਣਾ ਤੇ ਦੂਜੀ ਗੱਲ ਜਿਹੜੇ ਆਰਕਟੈਕਚਰ ਨੇ ਬੰਬੇ ਤੋਂ ਲੈ ਕੇ ਕੋਲਕਾਤਾ ਤੋਂ ਲੈ ਕੇ ਕਈ ਬੰਦੇ ਜਿਹੜੇ ਇਸ ਦੀ ਸੇਵਾ ਨਿਭਾ ਰਹੇ ਨੇ ਹਨਾ ਦੁਬਾਰਾ ਉਸ ਨਿਰਮਾਣ ਦੇ ਲਈ ਇਸ ਨੂੰ ਦੁਬਾਰਾ ਨਿਰਮਾਣ ਦੇ ਲਈ ਜਿਹੜਾ ਕਾਰਜ ਚੱਲ ਰਿਹਾ ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਰਸੋਈ ਦੇ ਅੰਦਰਲੀ ਅੰਦਰ ਕਿਸ ਤਰ੍ਹਾਂ ਜਿਹੜਾ ਤਿਆਰ ਹੁੰਦਾ ਸੀ ਨਾ ਭੋਜਨ ਕਿਵੇਂ ਪਕਾਇਆ ਜਾਂਦਾ ਸੀਗਾ ਵਰਸ਼ਾਦੇ ਕਿਵੇਂ ਪਕਾਈ ਜਾਂਦੇ ਸੀਗੇ ਤੇ ਇਹ ਰਸੋਈ ਦਾ ਕਮਰਾ ਤੇ ਇੱਥੇ ਜਲਪਾਨ ਤਿਆਰ ਹੁੰਦਾ ਸੀ ਪ੍ਰਸ਼ਾਦਾ ਤਿਆਰ ਹੁੰਦਾ ਸੀ ਤੇ ਨਾਲ ਹੀ ਉਹ ਲਾਈਨ ਆ ਜਿਥੇ ਤੇਖਾਨੇ ਰੱਖੇ ਨੇ ਵੀ ਪਈ ਇਥੇ ਇਹ ਚੀਜ਼ਾਂ ਪਈਆਂ ਹੁੰਦੀਆਂ ਸੀ ਉਹ ਪਈਆਂ ਸੀ ਤੇ ਇਥੇ ਇੱਕ ਇਹ ਵੀ ਆ ਜਿਵੇਂ ਬੈਲਰ ਨਹੀਂ ਅੱਜ ਕੱਲ ਦੇ ਸਾਇੰਸ ਨੇ ਤਰੱਕੀ ਕਰ ਲਈ ਆ ਬਾਹਰ ਉੱਪਰ ਨੂੰ ਮੈਂ ਜ਼ਰੂਰ ਕਹਿੰਨਾ ਦਿਖਾਇਆ ਜਾਵੇ ਬੈਲਰ ਦੇ ਤੌਰ ਤੇ ਜਿੱਦਾਂ ਬੈਲਰ ਸੀਗਾ ਉਹ ਉੱਪਰ ਹਵਾ ਨਿਕਲਣ ਨੂੰ ਧੂਆ ਨਿਕਲਣ ਨੂੰ ਤੇ ਇਥੇ ਭੋਜਨ ਪੱਕਦਾ ਸੀ ਪਿਪੋਜਨ ਦੇ ਨਾਲ ਨਾਲ ਇੱਥੇ ਰਸੋਈ ਦੀ ਅਲਮਾਰੀਆਂ ਨੇ ਛੋਟੀਆਂ-ਛੋਟੀਆਂ ਅਲਮਾਰੀਆਂ ਵੀ ਦਿੱਤੀਆਂ ਗਈਆਂ ਨੇ ਅਲਮਾਰੀ ਜਿਸ ਸਮਾਨ ਰੱਖਿਆ ਜਾਂਦਾ ਸੀਗਾ ਤੇ ਉੱਥੇ ਹੀ ਪਾਣੀ ਦਾ ਨਿਕਾਸ਼ ਬਾਹਰ ਨੂੰ ਕੀਤਾ ਹੈ ਨਾ ਇਹ ਵੀ ਚੀਜ਼ ਦੇਖਣੀ ਬਣਦੀ ਹੈ ਕਿ ਕਿਵੇਂ ਦਿਮਾਗ ਲਾ ਕੇ ਛੋਟੀ-ਛੋਟੀ ਚੀਜ਼ ਉਹ ਨਾ ਕਾਰੀਗਰਾਂ ਨੇ ਹਨ ਬਣਾਈ ਤੇ ਸਭ ਤੋਂ ਵੱਡੀ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਬਹੁਤ ਕੁਝ ਆਓ ਦੇਖੋ ਸੱਤ ਵਿੱਚ ਬਣੀ ਧੂਆ ਕੱਢਣ ਵਾਲੀ ਜਿਮਣੀ ਉਸ ਵਕਤ ਜਿਮਣੀ ਬਣੀ ਹੋਈ ਚੁੱਲਾ ਬਾਹਰ ਜਾਣ ਦਾ ਰਸਤਾ ਵੀ ਇੱਧਰ ਹੈ ਤੇ ਉੱਧਰ ਪਾਣੀ ਦਾ 호ਜ ਵਾਟਰ ਹਾਊਸ ਆ ਵਾਟਰ ਹਾਊਸ ਤੇ ਉਹ ਹੋਰ ਵੀ ਬਹੁਤ ਤਰ੍ਹਾਂ ਤਰ੍ਹਾਂ ਦੇ ਤਰੀਕਾ ਜਿਹੜੀਆਂ ਉਸ ਤਰ੍ਹਾਂ ਦੀ ਹਨਾ ਬਣਾ ਕੇ ਰੱਖੀਆਂ ਹੋਈਆਂ ਇੱਕ ਇਹ ਵੀ ਸਵਾਲ ਮਨ ਦੇ ਵਿੱਚ ਆਉਂਦਾ ਕਿ ਦੀਵਾਨ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਤੋਂ ਲੈ ਕੇ ਜਿਹੜੇ ਉਹਦੇ ਬੰਦੇ ਸੀ ਸੇਵਾ ਨਿਵਾਉਣ ਵਾਲੇ ਉਹ ਹਰ ਚੀਜ਼ ਇਸ ਨੂੰ ਸਾਹਮ ਕੇ ਰੱਖਦੇ ਸੀਗੇ ਵੀ ਨਾ ਇਹ ਚੀਜ਼ ਇਹ ਕਿ ਸੋ ਇਥੇ ਵੀ ਵੱਡਾ ਆ ਸਾਹਮਣੇ ਦਿਵਾਗ ਦਾ ਸਵਾਲ ਦਾ ਕਿ ਦੀਵਾਨ ਸਾਹਿਬ ਦੇ ਕੋਲ ਵਕਈ ਬਹੁਤ ਸੌਰਤ ਸੀ ਉਸ ਵਕਤ ਬਹੁਤ ਅਮੀਰੀ ਸੀ ਹੁਣ ਦੀਵਾਨ ਟੋਡਰਮਲ ਸਾਹਿਬ ਦੀ ਜਿਹੜੀ ਬਾਹਰ ਇੱਕ ਖੂਹ ਆ ਜਿੱਥੋਂ ਪਾਣੀ ਆਉਂਦਾ ਸੀ ਜਿਹੜਾ ਇਹ ਕੰਪਲਿਆਂ ਦੇ ਵਿੱਚ ਜਿੱਦਾਂ ਉਹ ਹੌਲ ਬਣਿਆ ਹੋਇਆ ਹਨ ਇਹ ਪਾਣੀ ਠੰਡਾ ਰੱਖਦਾ ਸੀ ਜਾਂ ਖੇਲਾਂ ਕਿੱਥੋਂ ਨਿਕਲਦੀਆਂ ਨੇ ਸੋ ਉਹ ਆਪਾਂ ਧਨਵਾਰ ਜਾ ਕੇ ਉਸਦੇ ਵੀ ਦਰਸ਼ਨ ਕਰਵਾਵਾਂਗੇ ਤੁਸੀਂ ਦਰਸ਼ਨ ਕਰ ਰਹੇ ਨੇ ਦੀਵਾਨ ਟੋਡਰਮਲ ਦੀ ਹਵੇਲੀ ਦੇ ਹਰ ਇੱਕ ਪਹਿਲੂ ਤੋਂ ਹਰ ਇੱਕ ਜਗ੍ਹਾ ਤੋਂ ਕਿਸ ਤਰ੍ਹਾਂ ਇਸ ਦਾ ਦੁਬਾਰਾ ਨਿਰਮਾਣ ਕਰਵਾਇਆ ਜਾ ਰਿਹਾ ਪਹਿਲਾਂ ਇੱਥੇ ਰੋਕ ਲੱਗ ਚੁੱਕੀ ਸੀ ਕਿ ਇਸ ਦਾ ਨਿਰਮਾਣ ਨਹੀਂ ਕਰਨਾ ਪ੍ਰਾਤਨ ਵਿਭਾਗ ਨੇ ਰੋਕ ਲਾ ਦਿੱਤੀ ਸੀ ਪਰ ਅੱਜ ਇਸ ਦਾ ਨਿਰਮਾਣ ਹੋ ਰਿਹਾ ਵਿਦੇਸ਼ਾਂ ਦੀ ਸੰਗਤਾਂ ਇਸ ਦਾ ਦੁਬਾਰਾ ਨਿਰਮਾਣ ਕਾਰਜ ਨੇ ਭਾਈ ਦੀਵਾਨ ਟੋਡਰਮਲ ਨੂੰ ਹਮੇਸ਼ਾ ਸਿੱਖ ਜਗਤ ਯਾਦ ਰੱਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ